ਫੁੱਲ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਆਪਾਂ ਇਸ ਵੀਡੀਓ ਦੇ ਵਿੱਚ, ਪਰ ਉਸ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਥੋੜ੍ਹੀ ਜਿਹੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦੇ ਹਾਂ ਇਸ ਵੀਡੀਓ ਦੇ ਵਿੱਚ। ਬਹੁਤ ਸਾਰੇ ਪੰਜਾਬੀ ਭੈਣ ਭਰਾ ਇਹਨਾਂ ਸਟੂਡੈਂਟਾਂ ਨੂੰ ਗਾਲਾਂ ਕੱਢ ਰਹੇ ਆ, ਕੈਨੇਡਾ ਕਿਉਂ ਗਏ, ਭੁੱਖੇ ਮਰਦੇ ਆ, ਹੋਰ ਵੀ ਬਹੁਤ ਸਾਰੇ। ਪਰ ਇੱਕ ਸਵਾਲ ਮੈਂ ਉਹਨਾਂ ਸਾਰਿਆਂ ਨੂੰ ਪੁੱਛਣਾ ਚਾਹੁੰਦਾ ਹੈ, ਜੇਕਰ ਤੁਹਾਡਾ ਧੀ ਪੁੱਤ ਅੱਜ ਛੋਟਾ ਹੈ, ਜੇਕਰ ਤੁਹਾਡਾ ਧੀ ਪੁੱਤ ਅੱਜ ਵੱਡਾ ਹੁੰਦਾ ਜਾਂ ਫਿਰ ਵੱਡਾ ਹੈਗਾ ਹੈ, ਕਿ ਤੁਹਾਡੇ ਕੋਲ ਜੇਕਰ ਚੰਗੇ ਪੈਸੇ ਹੁੰਦੇ, ਤੁਸੀਂ ਆਪਣਾ ਪੁੱਤ ਧੀ ਪੁੱਤ ਜ਼ਰੂਰ ਕੈਨੇਡਾ ਭੇਜਣਾ ਸੀ ਚੰਗੀ ਜ਼ਿੰਦਗੀ ਲਈ, ਚੰਗੇ ਫਿਊਚਰ ਲਈ, ਚੰਗੀ ਜ਼ਿੰਦਗੀ ਜਿਉਣ ਲਈ। ਮੈਂ ਤੁਹਾਡੇ ਨਾਲ ਇੱਕ ਇੰਪੋਰਟੈਂਟ ਨਿਊਜ਼ ਵੀ ਸ਼ੇਅਰ ਕਰੂੰਗਾ ਇਸੇ ਵੀਡੀਓ ਦੇ ਵਿੱਚ, ਪਰ ਪਹਿਲਾਂ ਆਪਾਂ ਇਸ ਵੀਡੀਓ ਵੱਲ ਚੱਲਦੇ ਹਾਂ। ਤੁਸੀਂ ਦੇਖੋ ਇਹ ਫੁੱਲ ਵੀਡੀਓ, ਸਟੂਡੈਂਟ ਕਿਵੇਂ ਪ੍ਰੋਟੈਸਟ ਕਰ ਰਿਹਾ, ਸਟੂਡੈਂਟ ਕਿਵੇਂ ਆਪਣੀ ਚੰਗੀ ਜ਼ਿੰਦਗੀ ਲਈ 25-30 ਲੱਖ ਜਿਨ੍ਹਾਂ ਨੇ ਲਾਇਆ ਹੈ ਉਹ ਲੜ ਰਹੇ ਆ। ਚਲੋ ਚੱਲਦੇ ਹਾਂ ਪਹਿਲਾਂ ਇਸ ਵੀਡੀਓ ਵੱਲ, ਦੈਨ ਮੈਂ ਤੁਹਾਡੇ ਨਾਲ ਇੱਕ ਇਨਫੋਰਮੇਟਿਵ ਸ਼ੇਅਰ ਕਰੂੰਗਾ। Fix your system. Don't blame us. Fulfill your promise. We want to stay here. Please process. ਬਹੁਤ ਸਾਰੇ ਪੰਜਾਬੀ ਭਰਾ ਕੈਨੇਡਾ ਨੇ ਰਾਈਟ ਨਾਓ ਪੱਕੇ ਕੀਤੇ ਆ, ਉਹਨਾਂ ਨੇ ਇਹ ਗੱਲ ਕਹੀ ਆ ਜਿਨ੍ਹਾਂ ਨੇ ਆਪਣੀ ਪੜ੍ਹਾਈ ਪੂਰੀ ਕੀਤੀ, ਜਿਨ੍ਹਾਂ ਕੋਲ ਦੋ ਵਾਰ ਪੜ੍ਹਾਈ ਪੂਰੀ ਕਰਨ ਤੋਂ ਬਾਅਦ 2-3 ਸਾਲ ਦਾ ਵਰਕ ਪਰਮਿਟ ਮਿਲਦਾ ਹੈ, ਉਸ ਦੇ ਵਿੱਚ ਜਿਨ੍ਹਾਂ ਨੇ PNP ਦੇ ਵਿੱਚ ਫਾਈਲਾਂ ਲਾਈਆਂ ਹੈ ਅਸੀਂ ਉਹਨਾਂ ਨੂੰ PR ਦੇਵਾਂਗੇ, ਪਰ ਜਿਨ੍ਹਾਂ ਨੇ PNP ਦੇ ਵਿੱਚ ਫਾਈਲਾਂ ਨਹੀਂ ਲਾਈਆਂ ਉਹਨਾਂ ਨੂੰ ਅਸੀਂ PR ਨਹੀਂ ਦੇਵਾਂਗੇ। ਗੋ ਬੈਕ ਇੰਡੀਆ। ਸੋ ਰਾਈਟ ਨਾਓ ਵਾਹਿਗੁਰੂ ਮੇਰ ਕਰੇ।